ਇਤਿਹਾਸਿਕ ਇਮਾਰਤਾਂ ਨੂੰ ਢਾਉਣ ਪਿੱਛੇ ਬਹੁਤ ਵੱਡੀ ਸਾਜ਼ਿਸ਼। ਬੀਰ ਦਵਿੰਦਰ ਸਿੰਘ। ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਉਮੀਦਵਾਰ ਬੀਰ ਦਵਿੰਦਰ ਸਿੰਘ ਨੇ ਵਿਧਾਨ ਸਭਾ ਬੰਗਾਂ ਵਿੱਚ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਜਿੱਥੇ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੂੰ ਲੰਮੇ ਹੱਥੀ ਲਿਆ, ਉੱਥੇ ਹੀ ਉਹਨਾਂ ਤਰਨ ਤਾਰਨ ਸਾਹਿਬ ਵਿਖੇ ਦਰਸ਼ਨੀ ਡਿਉੜੀ ਢਾਉਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਤਿਹਾਸਿਕ ਇਮਾਰਤਾਂ ਨੂੰ ਢਾਉਣ ਪਿੱਛੇ ਬਹੁਤ ਵੱਡੀ ਸਾਜ਼ਿਸ਼ ਹੈ। ਨਹੀਂ, ਉਹ ਤਾਂ ਸਾਰਾ ਜੱਗ ਜਾਣਦਾ। ਮੇਨ ਕਾਰਨ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਔਰ ਜਿਸ ਤਰ੍ਹਾਂ ਸਿੱਖ ਇੰਸਟੀਟਿਊਸ਼ਨਸ ਨੂੰ ਬਾਦਲਾਂ ਨੇ ਬਰਬਾਦ ਕੀਤਾ, ਸ਼੍ਰੋਮਣੀ ਕਮੇਟੀ ਨੂੰ ਮਿਸਯੂਜ਼ ਕੀਤਾ, ਔਰ ਗੁਰੂ ਦੀਆਂ ਗੋਲਕਾਂ ਨੂੰ ਮਿਸਯੂਜ਼ ਕੀਤਾ, ਕਰਪਸ਼ਨ ਕੀਤੀ, ਸਾਰੀਆਂ ਸੰਸਥਾਵਾਂ 'ਚ ਆਪਣਾ ਕਬਜ਼ਾ ਕਰ ਲਿਆ। ਜਿੰਨੇ ਸ਼੍ਰੋਮਣੀ ਕਮੇਟੀ ਦੇ ਟਰੱਸਟ ਨੇ, ਉਹਨਾਂ ਸਾਰੇ ਟਰੱਸਟਾਂ ਦੇ ਮੈਂਬਰ ਬਾਦਲ ਪਰਿਵਾਰ ਦੇ ਮੈਂਬਰ ਹੀ ਨੇ। ਹੋਰ ਕੋਈ ਸਾਰੇ ਸੰਸਾਰ 'ਚੋਂ ਕੋਈ ਸਿੱਖ ਹੋਰ ਨਹੀਂ ਲੱਭਿਆ ਉਹਨਾਂ ਟਰੱਸਟਾਂ ਦਾ ਮੈਂਬਰ ਬਣਾਉਣ ਲਈ। ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਆ, ਉਸ ਟਰੱਸਟ 'ਚ ਵੀ ਬਾਦਲਾਂ ਦਾ ਪਰਿਵਾਰ, ਇੰਜੀਨੀਅਰਿੰਗ ਕਾਲਜ ਆ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ, ਉਸ ਟਰੱਸਟ 'ਚ ਵੀ ਬਾਦਲਾਂ ਦਾ ਪਰਿਵਾਰ, ਗੁਰੂ ਰਾਮਦਾਸ ਹੋਸਪਿਟਲ ਦਾ ਟਰੱਸਟ ਹੈ, ਮੈਡੀਕਲ ਕਾਲਜ ਆ ਉਹਦੇ 'ਚ ਵੀ ਬਾਦਲ ਪਰਿਵਾਰ, ਮੀਰੀ ਪੀਰੀ ਮੈਡੀਕਲ ਕਾਲਜ ਸ਼ਾਹਬਾਦ ਮਾਰਕੰਡਾ ਉਹਦੇ 'ਚ ਵੀ ਬਾਦਲ ਪਰਿਵਾਰ ਪਰਸਨਲ ਕਪੈਸਿਟੀ 'ਚ ਬਣੇ ਨੇ। ਜੇ ਇਹ ਹੁੰਦਾ ਵੀ ਜੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੈ, ਉਹ ਟਰੱਸਟ ਦਾ ਮੈਂਬਰ ਹੈ, ਫਿਰ ਸਾਨੂੰ ਕੋਈ ਇਤਰਾਜ਼ ਨਹੀਂ ਸੀ। ਨਿੱਜੀ ਕਪੈਸਿਟੀ 'ਚ ਇਹ ਟਰੱਸਟਾਂ ਦੇ ਮਾਲਕ ਕਿਉਂ ਬਣੇ? ਇਹ ਤੋਂ ਵੱਡਾ ਪਾਪ ਹੋਰ ਕੀ ਹੋ ਸਕਦਾ? ਹੁਣ ਮੈਂ ਸਾਰਿਆਂ ਦੀਆਂ ਕਮੀਆਂ ਦੱਸੂੰਗਾ ਤਾਂ ਵਕਤ ਬਹੁਤ ਜ਼ਾਇਆ ਹੋਏਗਾ। ਕੁਛ ਕਮੀਆਂ ਤੁਸੀਂ ਆਪ ਵੀ ਲੱਭੋ। ਮੀਡੀਆ ਵੀ ਚੌਥਾ ਪਾਵਾ ਅਤੇ ਤੀਜੀ ਖੁੱਲ੍ਹੀ ਅੱਖ ਹੈ, ਉਹਦੇ ਨਾਲ ਤੁਹਾਨੂੰ ਵੀ ਦੇਖਣਾ ਚਾਹੀਦਾ। ਸਾਰਾ ਦੇਸ਼ ਕੂਕ ਰਿਹਾ, ਸਾਰਾ ਪੰਜਾਬ ਕੂਕ ਰਿਹਾ, ਅਤੇ ਕੁਝ ਕਮੀਆਂ ਹੋਣਗੀਆਂ ਤਾਂ ਹੀ ਦੁਨੀਆ ਕੂਕ ਰਹੀ ਹੈ। ਨਹੀਂ, ਦੀਵਾਰ ਨਹੀਂ, ਦਰਸ਼ਨੀ ਡਿਉੜੀ ਦੇ ਬਨੇਰੇ ਢਾ ਦਿੱਤੇ ਨੇ। ਔਰ ਇਹ ਮੈਂ ਸਮਝਦਾ ਵੀ ਕਾਰ ਸੇਵਾ ਵਾਲੇ ਵੀ, ਕੁਛ ਲੋਕ ਤਾਂ ਠੀਕ ਸੇਵਾ ਕਰ ਰਹੇ ਨੇ, ਕੁਛ ਲੋਕਾਂ ਨੇ ਇਹ ਵੀ ਬਿਜ਼ਨਸ ਬਣਾਇਆ ਹੋਇਆ। ਔਰ ਇਹ ਸਾਡੀਆਂ ਜਿਹੜੀਆਂ ਜਿਨ੍ਹਾਂ ਨੂੰ ਮੈਂ ਕਹਿੰਦਾ ਹੈਰੀਟੇਜ ਬਿਲਡਿੰਗਸ ਨੇ ਸਾਡੀਆਂ, ਇਤਿਹਾਸ ਦੀਆਂ, ਉਹਨਾਂ ਨੂੰ ਢਾਉਣ ਦੇ ਪਿੱਛੇ ਮੈਨੂੰ ਲੱਗਦਾ ਕਿ ਬਹੁਤ ਵੱਡੀ ਸਾਜ਼ਿਸ਼ ਹੈ। ਸਾਰੀਆਂ ਚੀਜ਼ਾਂ ਸੰਭਾਲੀਆਂ ਜਾ ਸਕਦੀਆਂ ਸੀ ਜੇ ਪੁਰਾਣੀਆਂ ਲੋਕ ਹਵੇਲੀਆਂ, ਆ ਪਿਛਲੇ ਦਿਨੀ ਮੈਂ ਕਲਾਮ 'ਚ ਗਿਆ, ਪ੍ਰਾਈਵੇਟ ਹਵੇਲੀ ਆ, 250 ਸਾਲ ਪੁਰਾਣੀ ਆ, ਬੜੀ ਸਾਂਭ ਕੇ ਰੱਖੀ ਆ ਪਰਿਵਾਰ ਨੇ, ਹੈਂਜੀ। ਕਿਲ੍ਹਾ ਕਾਠਗੜ੍ਹ 'ਚ ਗਿਆ, ਮਹਾਰਾਜਾ ਰਣਜੀਤ ਸਿੰਘ ਵੇਲੇ ਦਾ ਕਿਲ੍ਹਾ ਬੜਾ ਸਾਂਭ ਕੇ ਰੱਖਿਆ। ਭਰਤਗੜ੍ਹ ਕਿਲ੍ਹੇ 'ਚ ਗਿਆ, ਉਹ 200-250 ਸਾਲ ਪੁਰਾਣਾ, ਬੜਾ ਸਾਂਭ ਕੇ ਰੱਖਿਆ। ਅਸੀਂ ਕਿਉਂ ਨਹੀਂ ਸਾਂਭ ਸਕਦੇ ਪੁਰਾਣੀਆਂ ਜਿਹੜੀਆਂ ਇਮਾਰਤਾਂ, ਜਿਹੜੀਆਂ ਗੁਰੂ ਸਾਹਿਬ ਦੀ ਜਿਨ੍ਹਾਂ ਨੂੰ ਪਵਿੱਤਰ ਛੂਹ ਹੈ, ਸਾਰੀਆਂ ਸੰਗ ਮਰਮਰ 'ਚ ਤਬਦੀਲ ਕਰਕੇ ਅਸੀਂ ਸਾਰੇ ਚਿੰਨ੍ਹ ਮਿਟਾ ਦਿੱਤੇ ਨੇ, ਇੱਕ ਵਾਢਿਓ। ਗਲਤ ਰੁਝਾਨ ਹੈ, ਇਮਾਰਤ ਉਦੋਂ ਗਿਰੋ ਜਦੋਂ ਇਮਾਰਤ ਆਪ ਗਿਰਨੀ ਅਤੇ ਭੁਰਨੀ ਸ਼ੁਰੂ ਹੋ ਜਾਵੇ ਵੀ ਹੁਣ ਇਹ ਬੁਦਬੁਦਾ ਹੋ ਗਈ ਹੈ, ਠੀਕ ਹੈ ਨਾ ਜੀ। ਅਦਰਵਾਈਜ਼ ਹਰ ਚੰਦ ਕੋਸ਼ਿਸ਼ ਕਰੋ ਉਹਨਾਂ ਨੂੰ ਪ੍ਰਜ਼ਰਵ ਕਰਨ ਦੀ।